ਜਿਹੜੇ ਬੰਦੇ WTO ਦੀ ਹਮਾਇਤ ਕਰਦੇ ਸੀ ਉਹਨਾਂ ਨਾਲ ਕਿਵੇਂ ਇਕੱਠੇ ਹੋ ਜਾਈਏ, ਉਹ ਕਿਹੜਾ ਬੰਦਾ ਹੈਗਾ? ਹਾਲਾਂਕਿ ਐਂ ਤਾਂ ਕੁਛ ਹੈ ਹੀ ਨਹੀਂ, ਮੈਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੇ ਜਾਂ ਰਾਜੇਵਾਲ ਸਾਹਿਬ ਨੂੰ ਜਾਂ ਕਿਵੇਂ ਪਹਿਲਾਂ ਵਾਲਾ ਮੋਰਚਾ ਚੱਲਿਆ। ਉਹ ਨੌਜਵਾਨ ਇਹੀ ਸਵਾਲ ਆ ਵੱਡਾ, ਤੁਹਾਨੂੰ ਸਾਰੇ ਪੱਤਰਕਾਰਾਂ ਨੇ ਵੀ ਪੁੱਛਿਆ ਹੋਣਾ ਵੀ ਇਹ ਇਕੱਠੇ ਕਿਉਂ ਨਹੀਂ ਹੁੰਦੇ, ਉਹ ਤੁਹਾਡੇ ਕੁਛ ਜਿਹੜੇ ਹੈਗੇ ਨੇ ਕਿਸਾਨ ਆਗੂ ਜਾਂ ਜਥੇਬੰਦੀ ਦੇ ਬੰਦੇ ਉਹ ਦੱਬ ਵਾਲੀ ਬੈਠੇ ਨੇ, ਤੁਹਾਨੂੰ ਲੱਗਦਾ ਨਹੀਂ ਵੀ ਕੁਛ ਸਖ਼ਤ ਹੋਣਾ ਚਾਹੀਦਾ? 4 ਘੰਟੇ ਦਾ ਰੇਲ ਰੋਕੋ ਦਿੱਤਾ ਨਾ, ਕੀ ਇਹ ਰੇਲ ਰੋਕੋ ਜਿਹੜਾ ਹੈਗਾ ਇਹ ਮਤਲਬ ਬਾਰਡਰਾਂ ਤੇ ਜਾਣ ਨੂੰ ਸਾਤਰੀ ਹੈਗਾ ਸੈਂਟਰ ਸਰਕਾਰ ਦੇ? ਦਿੱਲੀ ਚਲੇ ਜਾਂਦੇ ਤੁਸੀਂ, ਉੱਥੇ ਫਿਰ ਤੁਹਾਡਾ ਇਹ ਪਲਾਨ ਵੀ ਪੱਕੇ ਬੈਠਣ ਦਾ ਪਲਾਨ? MSP ਨੂੰ ਲੈ ਕੇ ਕੋਈ ਵੀ ਬੰਦਾ ਰਾਜੀ ਨਹੀਂ ਸੀ, ਕਿ ਇਹ ਆ ਵੀ ਮੀਡੀਆ ਦੇ ਸਾਹਮਣੇ ਉਹ ਕੁਛ ਹੋਰ ਬਿਆਨ ਦੇ ਦਿੰਦੇ ਆ, ਤੁਸੀਂ ਕੁਛ ਹੋਰ। MSP ਦੀ ਜਿਹੜੀ ਲੜਾਈ ਆ ਮੈਂ ਅੱਜ ਵੀ ਕਹਿੰਦਾ, ਕੁੰਡੀ ਘੋਟਣਾ ਜਿਵੇਂ ਚਟਨੀ ਰਗੜ ਲੈਣੀ ਨੇ, ਮੈਂ ਰਗੜ ਕੇ ਰੋਟੀ ਤੇ ਧਰ ਲੈਣੀ, ਏਦਾਂ ਦੀ ਨਹੀਂ ਹੈ। ਤੁਹਾਡੇ ਨਾਲ ਨਿੱਜੀ ਤੌਰ ਤੇ ਇਹਨਾਂ ਨੇ ਕੋਈ ਕਮੇਟੀ ਬਣਾ ਕੇ, ਜਿਵੇਂ ਗ੍ਰਾਹਾਂ ਸਾਹਿਬ ਕਹਿੰਦੇ ਵੀ ਮੇਰੇ ਕੋਲੇ ਸੁਰਜੀਤ ਸਕੂਲ ਆਏ ਸੀ ਜਾਂ ਹੋਰ ਬਾਕੀ ਹੋਰ ਲੀਡਰ ਤੁਹਾਡੇ ਕੋਲੇ ਆਏ ਸੀ, ਤੁਹਾਡੀ ਜਥੇਬੰਦੀ ਕੋਲੇ, ਡਕੌਂਦਾ ਕੋਲੇ, ਜਿਵੇਂ ਡਕੌਂਦਾ ਹੈਗੀ ਇਹਦੇ 2 ਗਰੁੱਪ ਹੋ ਗਏ, ਬੁਰਜਗਿੱਲ ਜੀ ਅਲੱਗ ਹੋ ਗਏ, ਤੁਸੀਂ ਇੱਧਰਲੇ ਪਾਸੇ ਹੈਗੇ, ਮਤਲਬ ਉਹ ਕਹਿੰਦੇ ਆ ਵੀ ਤੁਸੀਂ ਹੀ ਅਲੱਗ ਹੋਏ ਹੋ, ਸਾਡੀ ਜਥੇਬੰਦੀ ਉਹ ਆ। ਬਾਰਡਰਾਂ ਦੇ ਉੱਤੇ ਵੀ ਸਾਡੇ ਮਤਭੇਦ ਸੀ, ਅਸੀਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ 8 ਮਹੀਨੇ ਪੰਜਾਬ ਦੇ ਵਿੱਚ, ਜਦੋਂ ਹੱਲ ਨਹੀਂ ਹੋਏ ਉਲਟਾ ਚੋਰ ਕੋਤਵਾਲ ਕੋ ਡਾਂਟਣ ਲੱਗ ਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ, ਸਵਾਗਤ ਕਰਦੇ ਹਾਂ ਤੁਹਾਡਾ। ਕਿਸਾਨ ਜਥੇਬੰਦੀਆਂ ਨੂੰ ਲੈ ਕੇ ਬਹੁਤ ਤਸਵੀਰਾਂ ਪੰਜਾਬ ਦੇ ਵਿੱਚ ਸਾਹਮਣੇ ਆ ਰਹੀਆਂ ਗੀਆਂ, ਗੈਰ ਰਾਜਨੀਤਿਕ ਧੜੇ ਵੱਲੋਂ ਐਲਾਨ ਕੀਤਾ ਜਾਂਦਾ ਹੈਗਾ, ਇੱਕ ਵੱਡੀ ਤਸਵੀਰ ਬਣਦੀ ਆ, ਫਿਰ 21 ਤਰੀਕ ਵਾਲੀ ਘਟਨਾ ਜੋ ਕੁਛ ਹੁੰਦਾ ਹੈਗਾ, ਇੱਕ ਨੌਜਵਾਨ ਦੀ ਸ਼ਹੀਦੀ ਹੁੰਦੀ ਆ, ਟਰੈਕਟਰਾਂ ਦੀ ਭੰਨ ਤੋੜ ਹੁੰਦੀ ਆ, ਉਸ ਤੋਂ ਬਾਅਦ 22 ਤਰੀਕ ਨੂੰ SKM ਦੀ ਇੱਕ ਵੱਡੀ ਮੀਟਿੰਗ ਚੰਡੀਗੜ੍ਹ ਵਿਖੇ ਹੁੰਦੀ ਆ, ਉਹ ਮੀਟਿੰਗ 'ਚ ਵੀ ਬਹੁਤ ਸਾਰੇ ਜਿਹੜੇ ਸਵਾਲ ਜਵਾਬ ਪੁੱਛੇ ਗਏ, ਪਰ ਪੰਜਾਬ ਦੇ ਲੋਕ ਇੱਕ ਅਹਿਮ ਸਵਾਲ ਜਿਹੜੇ ਦੋਨੇ ਹੀ ਧੜਿਆਂ ਨੂੰ, ਚਾਹੇ ਉਹ ਜਿਹੜੇ ਦੋਨੇ ਫੋਰਮ ਉੱਥੇ ਬੈਠੇ ਆ ਉਹਨਾਂ ਨੂੰ ਜਾਂ ਜਿਹੜੀਆਂ ਇਹ ਜਥੇਬੰਦੀਆਂ SKM ਵਾਲੀਆਂ, ਇਹਨਾਂ ਨੂੰ ਪੁੱਛ ਰਹੇ ਆ, ਉਹੀ ਸਵਾਲ ਅੱਜ ਅਸੀਂ ਪੁੱਛਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਮਨਜੀਤ ਸਿੰਘ ਧਨੇਰ। ਧਨੇਰ ਸਾਹਿਬ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਧਨੇਰ ਸਾਹਿਬ, ਸਭ ਤੋਂ ਵੱਡਾ ਸਵਾਲ, ਪੰਜਾਬ ਦਾ ਜਿਹੜਾ ਨੌਜਵਾਨ ਆ ਜਿਹੜਾ ਜਥੇਬੰਦਕ ਢਾਂਚੇ ਦੇ ਨਾਲ ਜੁੜਿਆ ਵੀ ਆ ਜਾਂ ਜਿਹੜਾ ਨਹੀਂ ਵੀ ਜੁੜਿਆ, ਜਿਹੜਾ ਇਹਨੂੰ ਪਤਾ ਵੀ ਜਥੇਬੰਦੀਆਂ ਕਿਵੇਂ ਕੰਮ ਕਰ ਰਹੀਆਂ ਹੈਗੀਆਂ, ਜਾਂ ਜਿਹੜਾ ਨੌਜਵਾਨ ਉਦੋਂ ਸ਼ਮੂਲੀਅਤ ਕੀਤੀ ਜਦੋਂ ਪਹਿਲਾਂ ਵਾਲਾ ਮੋਰਚਾ ਚੱਲਿਆ, ਉਹ ਨੌਜਵਾਨ ਇਹੀ ਸਵਾਲ ਆ ਵੱਡਾ, ਤੁਹਾਨੂੰ ਸਾਰੇ ਪੱਤਰਕਾਰਾਂ ਨੇ ਵੀ ਪੁੱਛਿਆ ਹੁਣ ਵੀ ਇਹ ਇਕੱਠੇ ਕਿਉਂ ਨਹੀਂ ਹੁੰਦੇ, ਉੱਥੇ ਵੀ ਤੁਹਾਨੂੰ ਇਹੀ ਸਵਾਲ ਹੋ ਗਿਆ ਸੀ ਵੀ ਕੀ ਇਹਨਾਂ ਦੀ ਧੌਣ 'ਚ ਕਿੱਲਾ ਗਿਆ SKM ਵਾਲਿਆਂ ਦੀ, ਜਾਂ ਉਹਨਾਂ ਦੀ ਧੌਣ 'ਚ ਕਿੱਲਾ, ਉਹਨਾਂ ਕੋਲੇ ਜਾਂਦੇ ਹਾਂ ਉਹ ਕਹਿ ਦਿੰਦੇ ਆ ਵੀ ਅਸੀਂ ਇਹਨਾਂ ਕੋਲੇ ਗਏ ਸੀ, ਇਹ ਨਹੀਂ ਮੰਨੇ, ਤੁਸੀਂ ਕਹਿ ਦਿੰਦੇ ਹੋ ਵੀ ਸਾਡੀ ਵਿਚਾਰਧਾਰਾ ਨਹੀਂ ਮਿਲਦੀ, ਅਸਲ 'ਚ ਚੱਕਰ ਕੀ ਆ? ਤੁਹਾਨੂੰ ਕਿਰਸਾਨੀ ਪਹਿਲਾਂ ਗੀ ਕਿ ਤੁਹਾਡੀ ਆਪਸੀ ਜਿਹੜੇ ਮਤਭੇਦ ਆ ਉਹ ਪਹਿਲਾਂ ਗੇ? ਸਾਨੂੰ ਕਿਰਸਾਨੀ ਪਹਿਲਾਂ ਜੀ, ਆਪਸੀ ਮਤਭੇਦ 2 ਨੰਬਰ 'ਤੇ ਆ ਜੀ। ਜਿੱਥੋਂ ਤੱਕ ਤੁਸੀਂ ਇਹ ਸਵਾਲ ਕੀਤਾ ਵੀ ਉਹ ਇਕੱਠੇ ਕਿਉਂ ਨਹੀਂ ਹੁੰਦੇ, ਦੇਖੋ ਇਹਨੂੰ ਅਮਲ 'ਚ ਦੇਖਿਆ ਜਾਣਾ ਚਾਹੀਦਾ। ਮਤਭੇਦ ਪਹਿਲਾਂ ਵੀ ਸੀਗੇ ਜਦੋਂ ਕਾਲੇ ਕਾਨੂੰਨ ਆਏ ਨੇ, ਤਾਂ ਉਦੋਂ ਮਤਭੇਦਾਂ ਨੂੰ ਭੁਲਾ ਕੇ ਸਿਰਫ ਕਾਲੇ ਕਾਨੂੰਨਾਂ ਦੇ ਖਿਲਾਫ਼ ਜੱਦੋਜਹਿਦ ਕਰਨ ਲਈ ਦਿੱਲੀ ਤੇ ਨੂੰ ਗਏ ਨੇ, ਸਾਰੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਗਏ ਨੇ ਅਤੇ ਜਿੱਤ ਕੇ ਵੀ ਮੁੜੇ ਆ। ਜਿੱਥੋਂ ਤੱਕ ਦੀ ਉੱਥੋਂ ਵਾਪਸ ਆ ਕੇ ਮਤਲਬ ਇਹ ਖਿੜਿਆ ਖਪਰਿਆ ਮਤਲਬ ਜਥੇਬੰਦੀਆਂ ਦਾ ਜਿਹੜਾ ਸੀਗਾ, ਉਹਦੇ 'ਚ ਅੱਡ ਅੱਡ ਮਤਲਬ ਜਥੇਬੰਦੀਆਂ ਦੀ ਅੱਡ ਅੱਡ ਮਤਲਬ ਪਹੁੰਚ ਆਈ ਹੈ। ਡੱਲੇਵਾਲ ਸਾਹਿਬ ਕਹਿੰਦੇ ਸੀ ਵੀ ਅਸੀਂ ਗੈਰ ਰਾਜਨੀਤਿਕ ਬਣ ਗਏ, ਸੰਯੁਕਤ ਕਿਸਾਨ ਮੋਰਚਾ ਪਹਿਲਾਂ ਉਹ 'ਚ ਮਤਲਬ ਰਾਜਨੀਤਿਕ ਵੀ ਆ ਗੈਰ ਰਾਜਨੀਤਿਕ ਵੀ ਆ ਸਾਰੇ ਉਹਦੇ ਵਿੱਚ ਆ। ਅਸੀਂ ਉਦੋਂ ਵੀ ਇਹਨਾਂ ਨੂੰ ਅਪੀਲ ਕੀਤੀ ਸੀ ਵੀ ਇਹ ਆਪਾਂ ਨੂੰ ਨਹੀਂ ਖਿਡਾਉਣਾ ਚਾਹੀਦਾ, ਆਪਾਂ ਨੂੰ ਇਹਦੇ ਵਿੱਚੋਂ ਰਿਪੇਅਰ ਕਰ ਲੈਣੀ ਚਾਹੀਦੀ ਆ, ਵਿੱਚ ਹੀ ਇਹਦੇ ਕਾਨੂੰਨ ਬਣਾ ਕੇ ਉਹ ਕਰਨੇ। ਚਲੋ ਉਹਨਾਂ ਨੇ ਬਣਾ ਲਿਆ ਗੈਰ ਰਾਜਨੀਤਿਕ, ਤਾਂ ਜਿਹੜੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਹਾਂ, ਉਹਨਾਂ ਨੇ ਫਿਰ ਇਹ ਕੋਸ਼ਿਸ਼ ਕੀਤੀ ਆ ਵੀ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ। ਉਹਦੀਆਂ ਮੈਂ ਉਦਾਹਰਨਾਂ ਦੇ ਸਕਦਾ ਵੀ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ 3 ਕਮੇਟੀਆਂ ਬਣਾਈਆਂ ਜੀ, ਜਿਹਦੇ 'ਚ ਇੱਕ ਕਮੇਟੀ ਰਾਜੇਵਾਲ ਧੜੇ ਨਾਲ ਗੱਲ ਕਰਨ, ਜਿਹੜੀ ਉਹ ਚੋਣਾਂ 'ਚ ਗਏ ਸੀ ਉਹਨਾਂ ਨਾਲ ਗੱਲ ਕਰਨ ਵਾਸਤੇ, ਇੱਕ ਸਰਵਣ ਭਦੇਰ ਵਾਲੇ ਧੜੇ ਨਾਲ ਗੱਲ ਕਰਨ ਵਾਸਤੇ ਬਣੀ ਕਮੇਟੀ, ਇੱਕ ਡੱਲੇਵਾਲ ਸਾਹਿਬ ਨਾਲ ਗੱਲ ਕਰਨ ਵਾਸਤੇ ਕਮੇਟੀ ਬਣੀ। ਮੈਨੂੰ ਯਾਦ ਹੈ ਵੀ 4 ਮੀਟਿੰਗਾਂ ਸਿੱਧੀਆਂ ਜਿਹੜਾ ਉਹ SSM ਬਣਿਆ ਸੀ ਉਸ ਧੜੇ ਨਾਲ ਮੀਟਿੰਗਾਂ ਹੋਈਆਂ, ਮੈਂ ਉਹਦੇ ਵਿੱਚ ਸੀ। 4 ਮੀਟਿੰਗਾਂ ਤੋਂ ਬਾਅਦ ਉਹਨਾਂ ਨੇ ਇਹ ਅਹਿਸਾਸ ਕੀਤਾ ਵੀ ਅਸੀਂ ਗਲਤ ਫੈਸਲਾ ਲਿਆ ਸੀ,
ਮਤਲਬ ਸਾਡਾ ਹੀ ਸਾਨੂੰ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਪਾਸੇ ਕੀਤਾ ਹੋਇਆ, ਅਸੀਂ ਵਿੱਚ ਆਉਣ ਨੂੰ ਤਿਆਰ ਹਾਂ, ਉਹਦੀਆਂ ਸ਼ਰਤਾਂ ਮੰਨਣ ਨੂੰ ਤਿਆਰ ਹਾਂ, ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਕਰਾਂਗੇ। ਉਹ ਗਲਤੀ ਮੰਨ ਕੇ ਅਸੀਂ ਵਿੱਚ ਲਿਆਂਦੇ, ਅਸੀਂ 32 ਦੀ ਬਜਾਏ 37 ਹੋਏ ਹਾਂ। ਇੱਕ ਤਾਂ ਇਹ ਗੱਲ ਹੁੰਦੀ ਹੈ ਵੀ ਸਾਡੀ ਅਪਰੋਚ ਕੀ ਆ, ਤੁਸੀਂ ਉਹ ਤਾਂ ਕਰੋ, ਬਰਾਬਰ ਨੰਬਰ ਨਾ ਦਿਓ ਸਾਰਿਆਂ ਨੂੰ। ਦੂਜਾ, ਜਿਹੜੀ ਦੂਜੀ ਸਰਵਣ ਪੰਧੇਰਨਾ ਕਮੇਟੀ ਬਣੀ ਸੀ, ਸਾਡੇ ਉਦੋਂ ਵੀ ਮਤਭੇਦ ਸੀ, ਅੱਜ ਵੀ ਮਤਭੇਦ ਆ। ਜਿਹੜੀ 26 ਜਨਵਰੀ ਨੂੰ ਘਟਨਾਵਾਂ ਵਾਪਰੀਆਂ ਦਿੱਲੀ ਦੇ ਵਿੱਚ, ਉਹਦੇ 'ਤੇ ਸਰਵਣ ਪੰਧੇਰ ਐਲਾਨ ਕਰਕੇ ਗਿਆ ਸੀ, ਪਰ ਨਾਲ ਦੀ ਨਾਲ ਦੂਜੇ ਜਾਂ ਤੀਜੇ ਦਿਨ ਉਹ ਵੀਡੀਓ ਦੇ ਵਿੱਚ, ਅੱਜ ਵੀ ਵੀਡੀਓ ਪਈ ਆ, ਉਹ ਇਹ ਮੰਨਦਾ ਵੀ ਮੈਂ ਸਾਤੋਂ ਗਲਤ ਹੋ ਗਿਆ ਇਹ, ਮਤਲਬ ਗਲਤ, ਉਹ ਇਸ ਫੈਸਲੇ ਨੂੰ ਗਲਤ ਮੰਨਦਾ। ਅਸੀਂ ਉਹਨੂੰ ਇਹ ਮਨਾ ਰਹੇ ਵੀ ਇਹ ਜੇ ਗਲਤ ਮੰਨ ਗਿਆ ਤਾਂ ਹੋਇਆ, ਕਿਉਂਕਿ ਉਦੋਂ ਤਾਂ ਇਸ ਸਕੈਮ ਦਾ ਮੈਂਬਰ ਨਹੀਂ ਸੀ, ਉਹ ਤਾਂ ਵੱਖਰਾ ਮਤਲਬ ਗਿਆ ਸੀ ਨਾ, ਉਹਨੇ ਐਲਾਨ ਕਰਤਾ ਵੀ ਉਹਦੇ ਨਾਲ ਕਿੱਡਾ ਵੱਡਾ ਨੁਕਸਾਨ ਹੋਣਾ ਸੀ 1984 ਵਾਲਾ, ਕਿਉਂਕਿ ਸਾਨੂੰ ਉਹ ਭੁੱਲ ਨਹੀਂ ਸਕਦਾ। 28 ਤਰੀਕ ਨੂੰ ਜਦੋਂ ਅਸੀਂ ਹਰਿਆਣੇ ਦੇ 30-35 ਟਰਾਲੀਆਂ ਵਾਪਸ ਮੋੜ ਕੇ ਲਿਆਂਦੀਆਂ ਨੇ, ਤਾਂ ਸੱਚੀ ਉਦੋਂ ਐਂ ਬਣ ਗਿਆ ਸੀ 1984 ਬਣ ਚੱਲਿਆ ਇਹ। ਉਸ ਗੱਲ 'ਤੇ ਅਸੀਂ ਕਿਉਂ ਨਾ ਨਿਰਣਾ ਕਰੀਏ ਬਈ, ਅਸੀਂ ਕਰਕੇ ਜਾਵਾਂਗੇ ਬਈ, ਜਿਹਦੀ ਪਹੁੰਚ ਉਹ ਹੈ, ਮਤਲਬ 26 ਜਨਵਰੀ ਵਾਲੀ ਪਹੁੰਚ ਹੈ, ਉਹਦੇ ਨਾਲ ਨਹੀਂ ਕਰਾਂਗੇ ਸਾਂਝਾ ਅਸੀਂ। ਅਤੇ ਉਹਨਾਂ ਨਾਲ ਗੱਲਬਾਤ ਚਲੋ ਚੱਲੀ, 2-3 ਪੀੜ ਚੱਲੇ ਨੇ, ਹਜੇ ਗੱਲ ਵਿਚਾਲੇ ਸੀ। ਇੱਧਰ ਡੱਲੇਵਾਲ ਸਾਹਿਬ ਨਾਲ ਗੱਲ ਕਰਨ ਵਾਸਤੇ ਜਿਹੜੀ ਕਮੇਟੀ ਗਈ, ਉਹਨਾਂ ਨੂੰ ਵਾਰ ਵਾਰ ਇਹੀ ਆਉਂਦਾ ਵੀ ਮਤਲਬ ਬਿਜੀ ਬਹੁਤ ਹੈ, ਅਜੇ ਗੱਲ ਹੋ ਨਹੀਂ ਸਕਦੀ। ਜਾਨੀ ਇੱਧਰੋਂ ਜੇ ਕਹੀਏ ਵੀ 0 ਬਰਾਬਰ ਨੰਬਰ ਆਏ ਸਾਡੇ, ਉੱਧਰ ਇੰਨੇ ਆ, ਅਤੇ ਇੱਕ ਪਾਸੋਂ ਸਾਡਾ 100% ਆ ਗਿਆ। ਇਹ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮਤਲਬ ਯੂਨਿਟੀ ਬਣਾਉਣ ਦੀ ਸਮਝ ਹੈ, ਇਹਨੂੰ ਬਰਾਬਰ ਨਾ ਰੱਖੋ। ਨਹੀਂ, ਇੱਕ ਗੱਲ ਇਹ ਵੀ ਆ, ਜਿਵੇਂ ਹੁਣ ਇਹਨਾਂ ਨੇ ਐਲਾਨ ਕਰਤਾ ਸੀ, ਠੀਕ ਆ, ਉਦੋਂ ਬਾਅਦ ਉਹ ਨੌਜਵਾਨ ਦੀ ਸ਼ਹੀਦੀ ਵੀ ਹੋ ਗਈ, ਟਰੈਕਟਰਾਂ ਦੀ ਭੰਨ ਤੋੜ, ਕਿਹੜੀ ਜਿਹੜੀ ਤਸਵੀਰ ਆ ਗਈ, ਉਦੋਂ ਬਾਅਦ ਵੀ ਕੋਈ ਉਹੋ ਜਿਹਾ ਸਖ਼ਤ ਫੈਸਲਾ ਨਹੀਂ ਆਇਆ। ਤੁਹਾਨੂੰ ਲੱਗਦਾ ਜਿਹੜਾ ਉਹ 14 ਮਾਰਚ ਵਾਲਾ ਤੁਸੀਂ ਦਿੱਤਾ, ਉਦੋਂ ਨੂੰ ਚੋਣ ਜਾਬਤਾ ਲੱਗ ਜਾਣਾ ਜਾਂ ਹੋਰ ਚੀਜ਼ਾਂ, ਹਾਲਾਂਕਿ ਤੁਹਾਡੇ ਕੁਛ ਜਿਹੜੇ ਹੈਗੇ ਨੇ ਕਿਸਾਨ ਆਗੂ ਜਾਂ ਜਥੇਬੰਦੀ ਦੇ ਬੰਦੇ, ਉਹ ਦੱਬ ਵਾਲੀ ਬੈਠੇ ਨੇ, ਤੁਹਾਨੂੰ ਲੱਗਦਾ ਨਹੀਂ ਵੀ ਕੁਛ ਸਖ਼ਤ ਹੋਣਾ ਚਾਹੀਦਾ ਗਾ? ਦੇਖੋ, ਜੇ ਤਾਂ ਹੁਣ ਪ੍ਰੈਸ ਦੇ ਹਿਸਾਬ ਨਾਲ ਤੁਹਾਨੂੰ ਸਖ਼ਤ ਕਹੀਏ, ਫਿਰ ਤਾਂ ਤੁਹਾਨੂੰ ਐਂ ਲੱਗਦਾ ਵੀ ਜੇ ਬਾਰਡਰ 'ਤੇ ਗੋਲੀ ਚੱਲਦੀ ਵੀ ਉਹੀ ਸਖ਼ਤ ਹੁੰਦਾ। ਪਰ ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਪ੍ਰੋਗਰਾਮ ਦਿੱਤੇ ਨੇ ਉਹਦੇ ਵਿਰੋਧ ਦੇ ਵਿੱਚ। ਦੇਖੋ, ਮਤਲਬ 15 ਤਰੀਕ ਨੂੰ ਟੋਲ ਪਲਾਜ਼ੇ ਫ੍ਰੀ ਕਰਨ ਵਾਸਤੇ, ਇਹ ਛੋਟੀ ਗੱਲ ਨਹੀਂ ਹੁੰਦੀ, ਪਰ ਤੁਹਾਨੂੰ ਐਂ ਲੱਗਦਾ ਵੀ ਉੱਥੇ ਤਾਂ ਲੋਕ ਪਾਸੇ ਕਰ ਦਿੰਦੇ ਅਤੇ ਲੋਕ ਮੌਜ ਨਾਲ ਲੰਘੀ ਜਾਂਦੇ, ਤਾਂ ਐਕਸ਼ਨ ਨਹੀਂ ਹੈ ਕੋਈ, ਸਟੇਟ ਦੇ ਖਿਲਾਫ਼ ਆ ਨਾ, ਸੈਂਟਰ ਦੇ ਖਿਲਾਫ਼ ਆ, ਉਹ ਹੋਇਆ। ਸਾਡੀ ਜਥੇਬੰਦੀ ਨੇ ਅਤੇ ਜੋਗਿੰਦਰ ਸਿੰਘ ਅਗਰਾਹਾਂ ਦੀ ਜਥੇਬੰਦੀ ਨੇ ਉਦੋਂ ਵੀ ਵਧਵਾ ਦਿੱਤਾ, ਨਾਲ 4 ਘੰਟੇ ਦਾ ਰੇਲ ਰੋਕੋ ਦਿੱਤਾ ਨਾ, ਕਿ ਇਹ ਰੇਲ ਰੋਕੋ ਜਿਹੜਾ ਹੈਗਾ ਇਹ ਮਤਲਬ ਬਾਰਡਰਾਂ 'ਤੇ ਜਾਣ ਨੂੰ ਸਖ਼ਤ ਨਹੀਂ ਹੈਗਾ ਸੈਂਟਰ ਸਰਕਾਰ ਦੇ। ਅਸੀਂ ਕਹਿੰਦੇ ਅਸੀਂ ਦਿੱਤਾ, ਉਹ ਤੋਂ ਬਾਅਦ ਫਿਰ ਆਇਆ, 16 ਫਰਵਰੀ ਦੀ ਤਿਆਰੀ ਚੱਲਦੀ ਸਾਡੀ, 16 ਫਰਵਰੀ ਤੱਕ ਤਾਂ ਅਸੀਂ ਇਹਦਾ ਚੱਲੇ ਸਾਡੀ 20 ਤਰੀਕ ਤੋਂ ਲਾ ਕੇ ਫਿਰ ਮੋਰਚਾ ਲਾਇਆ ਹੋਇਆ। ਸਾਡੀ ਜਥੇਬੰਦੀ ਇਹ ਸਮਝਦੀ ਆ ਵੀ ਬਾਰਡਰ ਦੇ ਉੱਤੇ ਮਤਲਬ ਜਿਹੜਾ ਹੈਗਾ ਮੋਰਚੇ ਨੂੰ ਪਖਾਇਆ ਜਾਵੇ, ਅਤੇ 14 ਤਰੀਕ ਤੱਕ ਜਿਹੜਾ ਦਿੱਲੀ ਨੂੰ ਜਾਣ ਵਾਲਾ ਉਹਦੀ ਅਸੀਂ ਤਿਆਰੀ ਵੀ ਕਰ ਰਹੇ ਹਾਂ ਥੱਲੇ, ਅਤੇ ਮਤਲਬ ਜਨਤਾ ਨੂੰ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਨੇ ਉਹ ਅਸੀਂ ਉਹਦਾ ਛੋਟਾ ਮੋਰਚਾ ਲਾ ਕੇ ਬੈਠੇ। ਉਹਦਾ ਜਿਹੜਾ 14 ਵਾਲਾ ਪਲੈਨ ਆ, ਰਾਮਲੀਲਾ ਵਾਲਾ, ਦਿੱਲੀ ਚਲੇ ਜਾਂਦੇ ਤੁਸੀਂ, ਉੱਥੇ ਫਿਰ ਤੁਹਾਡਾ ਇਹ ਪਲੈਨ ਵੀ ਪੱਕੇ ਬੈਠਣ ਦਾ ਪਲੈਨ? ਮੈਨੂੰ ਲੱਗਦਾ ਵੀ ਜਾਂ ਤਾਂ ਰਤਨ ਤੁਸੀਂ ਇਸ ਗੱਲ ਤੋਂ ਅਣਜਾਣ ਹੋ, ਇਹ ਕਿਸੇ ਨੇ ਕਿਹਾ ਹੀ ਨਹੀਂ ਵੀ ਅਸੀਂ ਲਗਾਤਾਰ ਬਣਾ, ਇੱਕ ਦਿਨ ਦੀ ਰੈਲੀ ਕਿਹਾ, ਇੱਕ ਦਿਨ ਦੀ ਰੈਲੀ ਮਤਲਬ ਇੱਕ ਦਿਨ ਦੀ ਆ। ਤੇ ਜਿਹੜਾ MSP ਵਾਲਾ ਗਾ, ਜਿਹੜਾ ਮੇਨ ਉਹ 3 ਕਾਨੂੰਨ ਰੱਦ ਹੁੰਦੇ ਆ ਸਾਰਾ ਕੁਛ, ਉੱਥੇ ਵੀ ਤੁਹਾਡੇ ਕੁਛ ਨਾ ਕੁਛ ਜਿਹੜੇ ਮਤਭੇਦ ਖੜੇ ਹੋ ਗਏ ਸੀਗੇ ਜਥੇਬੰਦੀਆਂ ਦੇ, ਜਿਵੇਂ ਡੱਲੇਵਾਲ ਸਾਹਿਬ ਵੀ ਹੁਣ ਬੋਲ ਰਹੇ ਆ ਵੀ MSP ਨੂੰ ਲੈ ਕੇ ਕੋਈ ਵੀ ਬੰਦਾ ਰਾਜ਼ੀ ਨਹੀਂ ਸੀ, ਕਿ ਇਹ ਆ ਵੀ ਮੀਡੀਆ ਦੇ ਸਾਹਮਣੇ ਉਹ ਕੁਛ ਹੋਰ ਬਿਆਨ ਦੇ ਦਿੰਦੇ ਆ, ਤੁਸੀਂ ਕੁਛ ਹੋਰ, ਉਹਦੇ ਕਰਕੇ ਹੀ ਜਿਹੜੀ ਮਿਸਅੰਡਰਸਟੈਂਡਿੰਗ ਜਾਂ ਕਨਫਿਊਜ਼ਨ ਆ ਉਹ ਜ਼ਿਆਦਾ ਕ੍ਰੀਏਟ ਹੋ ਰਹੀ ਹੈ, ਅਤੇ ਜਿਹੜਾ ਪਾੜਾ ਗਾ ਉਹ ਵੱਧਦਾ ਜਾਂਦਾ ਘਟਣ ਦੀ ਬਜਾਏ। ਦੇਖੋ, ਨਹੀਂ ਪਾੜਾ ਵੱਧਦਾ ਨਹੀਂ, ਪਾੜਾ ਘੱਟ ਰਿਹਾ। ਜਿੱਥੋਂ ਤੱਕ ਥੋੜ੍ਹਾ ਜਿਹਾ ਤੁਹਾਡੇ ਸੁਭਾਅ 'ਚ ਫਰਕ ਪਿਆ ਹੁੰਦਾ, ਗੁੱਸਾ ਨਾ ਕਰਿਓ, ਵੀ MSP ਦੀ ਜਿਹੜੀ ਲੜਾਈ ਆ ਮੈਂ ਅੱਜ ਵੀ ਕਹਿੰਦਾ, ਉਦਣ ਵੀ ਕਹਿੰਦਾ ਸੀ, ਇਹਨੂੰ ਕੋਈ ਮਤਲਬ ਮੰਨ ਲੈਂਦੇ ਵੀ ਆਪਾਂ
ਕੁੰਡੀ ਘੋਟਣਾ ਜਿਵੇਂ ਚਟਨੀ ਰਗੜ ਲੈਣੀ ਤੇ ਮੈਂ ਰਗੜ ਕੇ ਰੋਟੀ ਤੇ ਧਰ ਲੈਣੀ, ਏਦਾਂ ਦੀ ਨਹੀਂ ਹੈ ਇਹ। ਮਤਲਬ ਵਾਰਡ ਲੈਵਲ ਦੀਆਂ ਨੀਤੀਆਂ ਦੇ ਨਾਲ ਜੁੜੀ ਹੋਈ ਹੈ ਜਿੱਥੇ ਅੱਜ ਆਪਾਂ ਕਹਿੰਦੇ ਹਾਂ। ਐਂ ਤਾਂ ਹੁਣ ਕਈਆਂ ਨੂੰ ਐਂ ਹੀ ਲੱਗ ਰਿਹਾ ਵੀ ਅੱਜ ਟਰੈਕਟਰਾਂ ਦੇ ਮੂੰਹ ਦਿੱਲੀ ਕਨੀ ਨੂੰ ਕਿਉਂ ਕਰਤੇ। ਮੈਂ ਕਹਿੰਦਾ ਜੀ ਬਹੁਤ ਵੱਡਾ ਪ੍ਰੋਟੈਸਟ ਆ ਇਹ ਅੱਜ, ਕਿਉਂਕਿ WTO ਦੀਆਂ ਮਤਲਬ ਜਿਹੜੀ ਨੀਤੀਆਂ ਨੂੰ ਹੋਰ ਬਰਾਡ ਰੂਪ ਦੇਣ ਲਈ ਅੱਜ ਉਹ ਮੀਟਿੰਗਾਂ ਦੇ ਵਿੱਚ ਬੈਠਣ ਲੱਗੇ ਨੇ। ਸਾਡੇ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਹੈ ਭਾਰਤ ਪੱਧਰ 'ਤੇ ਵੀ ਟਰੈਕਟਰ ਭਾਵੇਂ ਸ਼ਾਂਤੀ ਦਿਖਦੀ ਹੋਵੇ ਤੁਹਾਨੂੰ, ਪਰ ਯਾਰ ਇੱਕ ਪ੍ਰੋਟੈਸਟ ਤਾਂ ਹੈ ਨਾ। ਇੱਥੇ ਤਾਂ ਫਿਰ ਦੂਜੇ ਲੋੜੀ ਚੱਲ ਪੈਂਦਾ, ਜੇ ਤਾਂ ਸੜਕਾਂ ਰੋਕ ਲਓ ਫਿਰ ਕਹਿਣਗੇ ਸੜਕਾਂ ਕਿਉਂ ਰੋਕੀਆਂ, ਜੇ ਹੁਣ ਸੜਕਾਂ ਨਹੀਂ ਰੋਕਦੇ ਸੜਕਾਂ ਵਿਹਲੀਆਂ ਕਰਤੀਆਂ, ਫਿਰ ਵੀ ਸਵਾਲ ਹੈ। ਮੈਨੂੰ ਲੱਗਦਾ ਵੀ ਇਹ ਜਿਹੜੀ MSP ਦੀ ਲੜਾਈ ਆ ਇਹਨੂੰ ਲੰਮਾ ਲੜਨਾ ਪਊਗਾ, ਇਹ ਕੋਈ ਮਤਲਬ ਇੱਕ ਅੱਧੇ ਦਿਨ 'ਚ, ਕਿਉਂਕਿ WTO ਦੀਆਂ ਨੀਤੀਆਂ ਹੀ ਇਹਨੂੰ ਰੋਕੀ ਬੈਠੀਆਂ। ਜੀ ਪਰਸੋਂ ਅਸੀਂ ਡੱਲੇਵਾਲ ਸਾਹਿਬ ਨੂੰ ਰਾਜਪੁਰੇ ਉਹਨਾਂ ਦਾ ਇੰਟਰਵਿਊ ਕੀਤਾ, ਉਹਨਾਂ ਨੂੰ ਵੀ ਅਸੀਂ ਇਹ ਸਵਾਲ ਕੀਤਾ ਵੀ ਇਕੱਠੇ ਹੋ ਸਾਰਿਆਂ ਨੂੰ, ਚਲੋ ਇਹ ਸਵਾਲ ਹੁੰਦਾ ਇਹ ਨਹੀਂ ਵੀ ਸੋਨੂੰ ਕੱਲਣ। ਉਹਨਾਂ ਨੇ ਕਹਿਤਾ ਵੀ ਜਿਹੜੇ ਬੰਦੇ WTO ਦੀ ਹਮਾਇਤ ਕਰਦੇ ਸੀ ਉਹਨਾਂ ਨਾਲ ਕਿਵੇਂ ਇਕੱਠੇ ਹੋ ਜਾਈਏ, ਉਹ ਕਿਹੜਾ ਬੰਦਾ ਹੈਗਾ? ਹਾਲਾਂਕਿ ਐਂ ਤਾਂ ਕੁਛ ਹੈ ਹੀ ਨਹੀਂ, ਮੈਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੇ ਜਾਂ ਰਾਜੇਵਾਲ ਸਾਹਿਬ ਨੂੰ ਜਾਂ ਕਿਵੇਂ, ਮਤਲਬ ਉਹ ਕਿਉਂ ਵੀ ਉਹੀ ਦੱਸ ਸਕਦਾ? ਮੈਂ ਤਾਂ ਇਹ ਮੇਰੇ 'ਤੇ ਤਾਂ ਸਵਾਲ ਨਹੀਂ ਬਣਦਾ, ਇਹ ਤਾਂ ਉਹ ਕਹਿੰਦੇ WTO ਦੀ ਹਮਾਇਤ ਵਾਲਿਆਂ ਨਾਲ ਹੀ, ਮੇਰੇ 'ਤੇ ਤਾਂ ਸਵਾਲ ਨਹੀਂ ਬਣਨਾ। ਜੇ ਅਸੀਂ ਕਰਦੇ ਹਾਂ ਸਾਡੇ ਪੱਲੇ ਪਾ ਦੇਵੇ। ਦੱਸੋ ਇਹ ਤੋਂ ਪਹਿਲਾਂ ਇਹ ਅੰਦੋਲਨ ਆ ਜਿਹੜਾ ਹੁਣ ਇਹਨਾਂ ਨੇ ਚਲਾਇਆ ਗਿਆ, ਉਹ ਤੋਂ ਪਹਿਲਾਂ ਤੁਹਾਡੇ ਨਾਲ, ਬਾਕੀਆਂ ਨੂੰ ਛੱਡ ਦਿਓ SKML, ਤੁਹਾਡੇ ਨਾਲ ਨਿੱਜੀ ਤੌਰ 'ਤੇ ਇਹਨਾਂ ਨੇ ਕੋਈ ਕਮੇਟੀ ਬਣਾ ਕੇ, ਜਿਵੇਂ ਗ੍ਰਾਹਾਂ ਸਾਹਿਬ ਕਹਿੰਦੇ ਵੀ ਮੇਰੇ ਕੋਲ ਸੁਰਜੀਤ ਫੂਲ ਆਏ ਸੀ ਜਾਂ ਹੋਰ ਬਾਕੀ ਹੋਰ ਲੀਡਰ ਤੁਹਾਡੇ ਕੋਲ ਆਏ ਸੀ, ਤੁਹਾਡੀ ਜਥੇਬੰਦੀ ਕੋਲ, ਡਕੌਂਦਾ ਕੋਲ, ਚਲੋ ਕੋਈ ਵੀ ਇਹਨਾਂ ਦੇ ਵਿੱਚੋਂ ਜਾਂ ਸਰਵਣ ਭੰਦੇਰ ਜਾਂ ਸੁਰਜੀਤ ਸਿੰਘ ਫੂਲ ਜੋ ਜਿਨ੍ਹਾਂ ਨੇ ਵੀ ਇਹ ਧਰਨਾ ਲਾਇਆ, ਉਹ ਆਏ ਸੀਗੇ ਵੀ ਭਾਈ ਅਸੀਂ ਇਹ ਕਰ ਰਹੇ ਹਾਂ, ਤੁਸੀਂ ਆ ਰਹੇ ਹੋ ਨਾਲ ਕਿ ਨਹੀਂ ਆ ਰਹੇ? ਦੇਖੋ ਸਾਡੇ ਕੋਲ ਨਹੀਂ ਸੀ ਆਏ ਇਹ, ਜਦੋਂ ਇਹ ਬਣਨ ਲੱਗਿਆ ਥੜਾ ਜਿਹੜਾ ਸਰਵਣ ਭੰਦੇਰ ਦੀ ਅਗਵਾਈ ਦੇ ਵਿੱਚ ਬਣਿਆ ਹੋਇਆ, ਤਾਂ ਇਹਨਾਂ ਨੇ ਅੰਬਾਲੇ ਮੀਟਿੰਗ ਸੱਦੀ ਸੀ। ਮੈਂ ਅੰਬਾਲੇ ਮੀਟਿੰਗ ਦੇ ਵਿੱਚ ਗਿਆ ਸੀ, ਬਕਾਇਦਾ ਕਹਿ ਕੇ ਵੀ ਮੈਂ ਇਸ ਮੀਟਿੰਗ ਦਾ ਅੰਗ ਨਹੀਂ ਹਾਂ, ਮੈਂ ਸੁਣਨਾ ਹੈ। ਜਦੋਂ ਮੈਂ ਉੱਥੇ ਸੁਣੀ ਗੱਲ, ਮੇਰਾ ਇਹੀ ਸਵਾਲ ਸਰਵਣ ਭੰਦੇਰ ਨੂੰ ਸੀ ਵੀ ਉਹ ਮੀਟਿੰਗ ਦਾ ਪਹਿਲਾ ਏਜੰਡਾ, ਉਹ ਕਹਿੰਦੇ ਵੀ ਇਹ ਸੰਯੁਕਤ ਕਿਸਾਨ ਮੋਰਚੇ ਨੂੰ ਤਕੜਾ ਕਰਨ ਵਾਸਤੇ ਮੀਟਿੰਗ ਸੱਦੀ ਹੈ। ਮੈਂ ਕਿਹਾ ਵੀ ਤਕੜਾ ਕਰਨ ਲਈ ਆਹ ਮਤਭੇਦ ਹੈ, ਸੰਯੁਕਤ ਕਿਸਾਨ ਮੋਰਚੇ ਦੇ ਵਿੱਚ 26 ਵਾਲੀਆਂ ਘਟਨਾਵਾਂ ਇੱਕ ਮਤਭੇਦ ਹੈ, ਇਹਨੂੰ ਕਿਵੇਂ ਹੱਲ ਕਰੋਗੇ ਤੁਸੀਂ? ਉਹਨਾਂ ਨੂੰ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਆਇਆ। ਮੈਂ ਉਹਨਾਂ ਦੀ ਗੱਲ ਸੁਣੀ, ਮੈਨੂੰ ਇਹ ਲੱਗਦਾ ਸੀ ਵੀ ਸੰਯੁਕਤ ਮੋਰਚੇ ਨੂੰ ਤਕੜਾ ਕਰਨ ਵਾਲੀ ਉਹ ਮੀਟਿੰਗ ਨਹੀਂ ਹੈਗੀ, ਅਸਲ 'ਚ ਜਿਹੜਾ ਕੁਛ ਅਮਲ ਦੇ ਵਿੱਚ ਦਿਸਿਆ ਬਾਅਦ 'ਚ ਦੋ ਫੜ ਕਰਨ ਲਈ। ਅਤੇ ਜਿਹੜਾ ਹੁਣ ਨੌਜਵਾਨ ਦਾ ਹਜੇ ਪੋਸਟਮਾਰਟਮ ਵੀ ਨਹੀਂ ਹੋਇਆ, ਬਹੁਤ ਸਾਰੇ ਜਿਹੜੇ ਜਿਵੇਂ 3 ਨੌਜਵਾਨਾਂ ਦੀ ਅੱਖ ਦੀ ਰੌਸ਼ਨੀ ਚਲੀ ਗਈ, ਅੱਜ ਸਾਡੇ ਕੋਲ ਸਵੇਰੇ ਰਿਪੋਰਟ ਆਈ ਹੈ ਵੀ ਕਈਆਂ ਦੇ ਹੋਰ ਵੀ ਛਰ ਰਹੇ ਅੱਖ ਦੇ ਅੰਦਰ, ਬਹੁਤ ਸਾਰੇ, ਇਸ ਡੈਮੇਜ ਨੂੰ ਤੁਹਾਡਾ SKM ਜਾਂ ਤੁਹਾਡੀਆਂ ਜਥੇਬੰਦੀਆਂ ਉਹ ਕੀ ਪੈਰਵਾਈ ਹੋਰ ਕੀ ਕਰ ਰਹੀਆਂ? ਮਤਲਬ ਕੁਛ ਆਉਣ ਵਾਲੇ ਦਿਨਾਂ 'ਚ ਤੁਸੀਂ ਹੋਰ ਸਖ਼ਤ ਕਰ ਰਹੇ ਹੋ ਜਾਂ ਪੰਜਾਬ ਸਰਕਾਰ ਨੂੰ ਲੈ ਕੇ ਵੀ ਭਾਈ ਉਹਦਾ ਮੁੰਡੇ ਦਾ ਪੋਸਟਮਾਰਟਮ ਕਰੋ ਫਿਰ ਅੱਗੇ ਸੰਸਕਾਰ ਵੀ ਹੋਣਾਗਾ? ਸਾਡੀ ਜਥੇਬੰਦੀ ਵੱਲੋਂ ਅੱਜ ਵੀ ਅਸੀਂ ਪੁਰਜ਼ੋਰ ਮੰਗ ਕਰਦੇ ਹਾਂ ਵੀ ਜੇ ਪੰਜਾਬ ਸਰਕਾਰ FIR ਨਹੀਂ ਦਰਜ ਕਰਦੀ ਤਾਂ ਇਹਦੇ ਖਿਲਾਫ਼ ਮੋਰਚਾ ਵਿੱਢਣਾ ਚਾਹੀਦਾ। ਪਰ ਇਹਦੇ ਬਾਵਜੂਦ ਸਾਡੀ ਜਿਹੜੀ 6 ਮੈਂਬਰੀ ਕਮੇਟੀ ਹੁਣ ਵੀ ਬਣੀ ਆ ਡੱਲੇਵਾਲ ਸਾਹਿਬ ਨਾਲ ਯੂਨਿਟੀ ਕਰਨ ਵਾਸਤੇ, ਅਸੀਂ ਹੁਣ ਵੀ ਚੰਡੀਗੜ੍ਹ 6 ਮੈਂਬਰੀ ਕਮੇਟੀ ਬਣਾਈ ਆ। ਇਹਦੇ ਤੋਂ ਕੋਈ ਐਂ ਨਹੀਂ ਕਹਿ ਸਕਦਾ ਵੀ ਅਸੀਂ ਮਤਲਬ ਏਕਤਾ ਤੋਂ ਭੱਜਦੇ ਹਾਂ, ਪਰ ਏਕਤਾ ਅਸੂਲਾਂ ਦੇ ਆਧਾਰ 'ਤੇ ਹੋਊਗੀ। ਕਿਸੇ ਇੱਕ ਦੀ ਮਨਮਾਨੀ ਨਾਲ ਏਕਤਾ ਨਹੀਂ ਹੁੰਦੀ ਹੁੰਦੀ, ਸਾਂਝਾ ਵਿਚਾਰ ਹੀ ਮਤਲਬ ਉਹ 'ਚ ਅਲੱਗ ਹੁੰਦਾ। ਉਹ ਕੀ ਫੈਸਲਾ ਲੈ ਆਉਂਦੇ ਆ ਅਸੀਂ ਉਹਦੀ ਵੇਟ ਕਰਾਂਗੇ, ਨਹੀਂ ਤਾਂ ਮਤਲਬ ਅਸੀਂ ਬਾਰਮਾ ਪਏ ਇਸ ਗੱਲ 'ਤੇ, ਅਸੀਂ ਆਜ਼ਾਦ ਵੀ ਹੈ ਮਤਲਬ ਪੰਜਾਬ ਸਰਕਾਰ ਦੇ ਖਿਲਾਫ਼ ਕਿਹੋ ਜਿਹਾ ਐਕਸ਼ਨ ਦੇਣਾ, ਕਿਉਂਕਿ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਅੱਜ। ਇਹਨੇ ਮਤਲਬ ਸੈਂਟਰ ਤੋਂ ਉਹ ਪ੍ਰਵਾਨਗੀ ਨਹੀਂ ਲੈਣੀ, ਨਾ ਇਹਨੇ ਮਤਲਬ ਹਰਿਆਣਾ ਸਰਕਾਰ ਤੋਂ ਪ੍ਰਵਾਨਗੀ ਲੈਣੀ FIR ਦਰਜ ਕਰਨ ਦੀ, ਪੰਜਾਬ ਸਰਕਾਰ ਨੇ ਕਰਨੀ ਕਰ ਦੇਵੇ। ਜੇ NSA ਲਾਉਣਾ ਹੁੰਦਾ ਉਹ ਤਾਂ ਮਿੰਟ 'ਚ ਹੀ ਲਾ ਦਿੰਦੇ ਆ, ਚਾਹੇ ਕੋਈ ਮਤਲਬ ਘਰੇ ਬੈਠਾ ਹੋਵੇ। ਉਦੋਂ ਇੱਕ ਰਿਪੋਰਟ ਨਿਕਲ ਕੇ ਆ ਰਹੀ ਹੈ ਵੱਡੇ ਅਖਬਾਰਾਂ ਦੇ ਵਿੱਚ, ਖਬਰ ਲੱਗੀ ਆ ਉੱਧਰ ਹਰਿਆਣੇ ਦੇ ਵਿੱਚ ਵੀ, ਜਿਹੜੀ ਉਹ ਜਗ੍ਹਾ ਗੀ ਉਹ ਤਾਂ ਹੈ ਹੀ ਹਰਿਆਣਾ ਸਰਕਾਰ ਦੇ ਅੰਡਰ ਆਉਂਦੀ ਜਾਂ ਹਰਿਆਣੇ ਦੀ ਜਗ੍ਹਾ, ਫਿਰ ਜਿਹੜਾ ਟੈਕਨੀਕਲ ਇਸ਼ੂ ਜੇ। ਦੇਖੋ ਝੂਠ ਮਾਰਿਆ ਜਾ ਰਿਹਾ ਹੈ, ਕੋਈ ਹਰਿਆਣੇ ਦੀ ਨਹੀਂ ਹੈਗੀ ਜਗ੍ਹਾ, ਉਹ ਪੰਜਾਬ ਦੀ ਜਗ੍ਹਾ। ਹੁਣ ਮਤਲਬ ਬਣਾ ਕੇ ਕੁਛ ਬਣਾ ਲੈਣ ਪੰਜਾਬ ਦੀ ਜਗ੍ਹਾ, ਉਹ ਤਾਂ ਪ੍ਰਚਾਰ ਹੈ। ਤੁਸੀਂ ਮਤਲਬ ਮੁੱਖ ਮੰਤਰੀ ਕਹਿ ਦੇਵੇ ਹਰਿਆਣੇ ਦਾ, ਉਹ ਹੁਣ ਆਪਾਂ ਨਿਸ਼ਾਨਦੇਹੀ ਕਰਾ ਲੈਂਦੇ ਚੱਲ ਕੇ, ਫਿਰ ਨਿਸ਼ਾਨਦੇਹੀ ਪਤਾ ਲੱਗੂ ਨਾ। ਪਰ ਇਹ ਕਦੇ ਵੀ ਨਹੀਂ ਹੋ ਸਕਦਾ, ਜਦੋਂ ਹੁਣ ਪੰਜਾਬ ਸਰਕਾਰ ਘਿਰ ਗਈ
ਉਦੋਂ ਇਹ ਬਹਾਨੇਬਾਜ਼ੀਆਂ ਮਾਰ ਰਹੀ ਆ, ਪਰ ਐਫ ਆਈ ਆਰ ਇਹਨੂੰ ਦਰਜ ਕਰਨੀ ਚਾਹੀਦੀ, ਫਿਰ ਹੀ ਪਤਾ ਲੱਗੂਗਾ ਹਰਿਆਣਾ ਸਰਕਾਰ ਦਾ ਪੰਜਾਬ ਸਰਕਾਰ ਦਾ ਵਿਰੋਧ ਕੀ ਆਪਸ ਵਿੱਚ। ਜੀ, ਮੇਰਾ ਲਾਸਟ ਪ੍ਰਸ਼ਨ ਆ, ਜਿਵੇਂ ਹੁਣ ਤੁਹਾਡੀ ਜਥੇਬੰਦੀ ਨੂੰ ਲੈ ਕੇ ਇਹ ਜਿਵੇਂ ਡਕਾਉਂਦਾ ਗਈ, ਇਹਦੇ ਦੋ ਗਰੁੱਪ ਹੋ ਗਏ, ਬੁਰਜਗਿੱਲ ਜੀ ਅਲੱਗ ਹੋ ਗਏ, ਤੁਸੀਂ ਇੱਧਰਲੇ ਪਾਸੇ ਹੈਗੇ, ਮਤਲਬ ਉਹ ਕਹਿੰਦੇ ਆ ਵੀ ਤੁਸੀਂ ਹੀ ਅਲੱਗ ਹੋਏ ਹੋ, ਸਾਡੀ ਜਥੇਬੰਦੀ ਉਹ ਆ, ਉਸ ਨੂੰ ਲੈ ਕੇ ਕੀ ਤੁਹਾਡਾ ਰਿਹਾ ਵੀ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖ ਲਈਆਂ ਜਾਂ ਤੁਸੀਂ ਪ੍ਰਧਾਨ ਬਦਲਣਾ ਚਾਹੁੰਦੇ ਸੀ, ਮਤਲਬ ਅਸਲ ਕਾਰਨ? ਦੇਖੋ, ਨਾ ਤਾਂ ਮੈਂ ਪ੍ਰਧਾਨ ਬਦਲਣਾ ਚਾਹੁੰਦਾ ਸੀ ਜੀ, ਜਦੋਂ ਜਥੇਬੰਦੀ ਦੇ ਵਿੱਚ ਅੰਦਰ ਅਸੀਂ ਬਾਰਡਰਾਂ ਤੋਂ ਮੁੜ ਕੇ ਵੀ ਸਾਡੇ ਬਾਰਡਰਾਂ ਦੇ ਉੱਤੇ ਵੀ ਸਾਡੇ ਮਤਭੇਦ ਸੀ ਜੀ, ਜਥੇਬੰਦੀ ਦੇ ਵਿੱਚ ਹੁੰਦੇ ਹੀ ਆ ਹਮੇਸ਼ਾ, ਅਸੀਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ 8 ਮਹੀਨੇ ਪੰਜਾਬ ਦੇ ਵਿੱਚ ਵੀ, ਜਦੋਂ ਹੱਲ ਨਹੀਂ ਹੋਏ ਉਲਟਾ ਚੋਰ ਕੋਤਵਾਲ ਕੋ ਡਾਂਟਣ ਲੱਗ ਗਿਆ, ਸਾਨੂੰ ਵੀ ਬਾਹਰ ਕੱਢਣ ਲੱਗ ਗਏ ਜਿਹੜੇ ਅਸੀਂ ਮੂਹਰੇ ਬੋਲਦੇ ਸੀ, ਖਾਸ ਕਰਕੇ ਜਦੋਂ ਚੋਣਾਂ 'ਚ ਹਿੱਸਾ ਲੈਣ ਦਾ ਏਜੰਡਾ ਆਇਆ ਸੀ, ਚੋਣਾਂ 'ਚ ਹਿੱਸਾ ਲੈਣ ਦਾ ਅਸੀਂ ਵਿਰੋਧ ਕੀਤਾ, ਪ੍ਰਧਾਨ ਦੇ ਘਰੇ ਵੀ ਗਏ ਅਸੀਂ ਵੀ ਆਪਣੀ ਜਥੇਬੰਦੀ ਆਗਿਆ ਨਹੀਂ ਦਿੰਦੀ, ਆਹ ਬੈਠੇ ਆ ਫਾਜ਼ਿਲਕੇ ਵਾਲੇ, ਇਹਦੇ ਉੱਥੇ ਮਤਲਬ ਪ੍ਰਧਾਨ ਥਿੜਕਿਆ ਹੋਇਆ ਸੀ ਜਦੋਂ ਬੋਲਿਆ ਵੀ ਅਸੀਂ ਚੋਣਾਂ 'ਚ ਜਾ ਸਕਦੇ ਹਾਂ, ਉਹਨਾਂ ਦੀ ਵਾਈਟ ਸੁਣ ਕੇ ਅਸੀਂ ਮੈਂ ਇਹਦੇ ਘਰੇ ਗਏ ਸੀ, ਸੂਬੇ ਆਗੂ 4-5 ਬੰਦੇ, ਸੂਬਾ ਪ੍ਰਧਾਨ ਦੇ ਘਰੇ ਬੈਠੇ ਸੀ, ਇਸ ਗੱਲ 'ਤੇ ਸਾਡੀ ਤਲਖ ਕਲਾਮੀ ਹੋਈ, ਉਹ ਕਹਿੰਦਾ ਵੀ ਮਤਲਬ ਲੋਕ ਤਾਂ ਇਹ ਹੱਥ ਅੱਡੀ ਖੜੇ, ਇੱਦਾਂ ਹੱਥ ਕਰ ਲਿਓ ਨੇ ਵੀ ਲੋਕ ਤਾਂ ਹੱਥ ਅੱਡੀ ਖੜੇ, ਕਿਸਾਨ ਆਗੂ ਆਉਣ ਚੋਣਾਂ ਲੜਨ, ਮੈਂ ਕਿਹਾ ਪ੍ਰਧਾਨ ਜੀ ਤੁਸੀਂ ਦਹੀਂ ਦੇ ਭੁਲੇਖੇ ਕਪਾਹ ਨੂੰ ਬੁਰਖ ਮਾਰੀ ਜਾਂਦੇ ਹੋ, ਸਾਡੀ ਤੂੰ ਤੂੰ ਮੈਂ ਹੋਈ, ਉਹ ਕਹਿੰਦਾ ਵੀ ਉੱਲੂਆਂ ਨੂੰ ਦੀਂਦਾ ਰਾਤ ਨੂੰ, ਬੰਦਿਆਂ ਨੂੰ ਦੀਂਦਾ ਦਿਨੇ, ਮੈਂ ਕਿਹਾ ਕੋਈ ਗੱਲ ਨਹੀਂ ਦਿਸ ਜੂਗਾ, ਉੱਥੋਂ ਤੂੰ ਤੂੰ ਮੈਂ ਕਰਕੇ, ਉਹ ਕਹਿੰਦਾ ਵੀ ਮੈਂ ਪੰਜਾਬ ਦੀ ਮੀਟਿੰਗ 'ਚ ਪਾਸ ਕਰਾ ਲੂੰਗਾ ਇਹ, ਪੰਜਾਬ ਦੀ ਮੀਟਿੰਗ ਸੱਦ ਲਈ 5ਵੇਂ 4ਵੇਂ ਦਿਨ, ਪੰਜਾਬ ਦੀ ਮੀਟਿੰਗ ਦੇ ਵਿੱਚ ਉਹਨੂੰ 5 ਵੋਟਾਂ ਪੈਂਦੀਆਂ ਚੋਣਾਂ ਲੜਨ ਵਾਲਿਆਂ ਨੂੰ, ਮਨਜੀਤ ਨੇ ਉਹਨੂੰ 35 ਪੈਂਦੀਆਂ, ਨਹੀਂ ਲੋਕ ਚੋਣਾਂ 'ਚ ਮਤਲਬ ਸਹਿਮਤ ਸੀਗੇ, ਉਸ ਤੋਂ ਬਾਅਦ ਫਿਰ ਉਹਨੇ ਮਤਲਬ ਜਥੇਬੰਦੀ ਨੂੰ ਅੰਦਰੋਂ ਖੋਰਾ ਲਾਉਣ ਦਾ ਬਣਾ ਲਿਆ, ਪਰ ਅਸੀਂ ਹਾਜੀ ਰਤਨ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸਾਡੇ ਮਤਲਬ ਅਸੂਲੀ ਅਦਾਰੇ ਆ ਉਹਨਾਂ ਦਾ ਇਕੱਠ ਕਰਕੇ ਇਹ ਗੱਲ ਲੋਕਾਂ ਸਾਹਮਣੇ ਰੱਖੀ, ਲੋਕਾਂ ਨੇ ਬੂਟਾ ਸਿੰਘ ਬੁਰਜਗਿੱਲ ਨੂੰ ਅਤੇ ਜਗਮੋਹਨ ਸਿੰਘ ਨੂੰ ਅਤੇ ਗੁਰਮੀਤ ਸਿੰਘ ਦਿੱਤੂਪੁਰ ਨੂੰ ਲੋਕਾਂ ਦੀ ਹਾਜ਼ਰੀ ਦੇ ਵਿੱਚ ਮੈਨੂੰ ਲੱਗਦਾ 5,000 ਦਾ ਇਕੱਠ ਸੀ ਉੱਥੇ, ਮਤਲਬ ਇਹਨਾਂ ਨੂੰ ਜਥੇਬੰਦੀ ਦੇ ਵਿੱਚੋਂ ਬਾਹਰ ਕੱਢਿਆ, ਅਤੇ ਨਵੀਂ ਜਿਹੜੀ ਆਗੂ ਟੀਮ ਸੀ ਜਿਹਦੇ 'ਚ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਮੇਰੀ ਲਾਈ ਗਈ, ਨਾਲ ਸਾਡੇ ਮਤਲਬ ਇਹ ਹਰੀਸ਼ ਨੌਜਵਾਨ ਮੁੰਡਾ ਇਹਨੂੰ ਮੀਤ ਪ੍ਰਧਾਨ ਲਿਆ ਗਿਆ, ਗੁਰਦੀਪ ਸਿੰਘ ਰਾਮਪੁਰਾ ਬੈਠੇ ਨੇ, ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ, ਅਸੀਂ ਉਹ ਜ਼ਿੰਮੇਵਾਰੀ ਨਿਭਾ ਰਹੇ ਹਾਂ, ਪਰ ਜੇ ਕੋਈ ਕਹਿ ਰਵੇ ਵੀ ਕੇ ਜੂਟ ਕਹਿੰਦਾ ਬੂਟਾ ਉਹ ਆਪਦੇ ਘਰੇ ਤਾਂ ਕਹਿ ਹੀ ਸਕਦਾ ਅਗਲਾ, ਇਹ ਚੀਜ਼ ਦਾ ਜਿਹੜਾ ਹੁਣ ਜਦੋਂ ਤੁਸੀਂ ਐਸਕੇਐਮ 'ਚ ਜਾ ਕੇ ਬਹਿੰਦੇ ਹੋ ਉਸ ਨੂੰ ਲੈ ਕੇ ਫਰਕ ਪੈਂਦਾ ਗਾ ਇਹ ਚੀਜ਼ ਦਾ ਜਾ ਕੇ, ਜਦੋਂ ਤੁਸੀਂ ਐਸਕੇਐਮ 'ਚ ਬਹਿੰਦੇ ਹੋ ਇੱਕ ਪਾਸੇ ਬੂਟਾ ਸਿੰਘ ਬੁਰਜਗਿੱਲ ਵੀ ਆ, ਉਹ ਜਿਹੜਾ ਕਾਡਰ ਆ, ਜਿਵੇਂ ਮੈਂ ਤੁਹਾਨੂੰ ਇੱਕ ਅਸੀਂ ਐਗਜ਼ਾਮਪਲ ਦਿੰਦੇ ਹਾਂ, ਜਿੰਨੇ ਤੁਹਾਡੇ ਧਰਨੇ ਚੱਲੇ ਆ ਅਲੱਗ ਹੋਣ ਤੋਂ ਬਾਅਦ, ਅਸੀਂ ਬਹੁਤ ਲੋਕਾਂ ਨਾਲ ਸੰਪਰਕ ਕਰਿਆ ਜਿਹੜੇ ਤੁਹਾਡੇ ਇਕਾਈਆਂ ਦੇ ਬੰਦੇ ਆ ਜਾਂ ਹੋਰ ਆ, ਉਹ ਇਹ ਗੱਲ ਜ਼ਰੂਰ, ਹਾਲਾਂਕਿ ਸਾਰਾ ਪੰਜਾਬ ਗੱਲ ਮੰਨਦਾ ਜਿਹੜਿਆਂ ਨੂੰ ਜਥੇਬੰਦੀਆਂ ਬਾਰੇ ਨੌਲੇਜ ਆ, ਉਹ ਕਹਿੰਦੇ ਵੀ ਡਕਾਉਂਦਾ ਦਾ ਕਾਡਰ ਬਹੁਤ ਵੱਡਾ ਸੀਗਾ, ਜਦੋਂ 2 ਫੜ ਹੋ ਗਏ ਇਹਦਾ ਬਹੁਤ ਸਾਰਾ ਘਿਣਾ ਲੱਗ ਗਿਆ, ਜਾਂ ਖਾਸ ਗੱਲ ਜਿਹੜੀ ਨਵਦੀਪ ਪੂਣੀਏ ਦੀ ਕਿਤਾਬ 'ਚ ਆਉਂਦੀ ਆ ਵੀ ਜਿਹੜੀਆਂ ਮੀਟਿੰਗਾਂ ਰੋ ਦੇ ਏਜੰਟ, ਉੱਥੋਂ ਲੈ ਕੇ ਵੀ ਉਸ ਚੀਜ਼ਾਂ ਨੂੰ ਤੁਸੀਂ ਕਿਵੇਂ ਕਲੈਰੀਫਾਈ ਕਰੋਗੇ, ਮਤਲਬ ਨੁਕਸਾਨ ਤਾਂ ਤੁਹਾਨੂੰ ਹੀ ਹੋਇਆ ਨਾ, ਤੁਹਾਡੀ ਜਥੇਬੰਦੀ ਨੂੰ ਹੋਇਆ, ਜਦੋਂ ਬੰਦੇ ਪਾੜ ਕੇ ਕੁਛ ਬੰਦੇ ਬੂਟਾ ਸਿੰਘ ਬੁਰਜਗਿੱਲ ਨਾਲ ਚਲੇ ਗਏ, ਉਵੇਂ ਹੀ ਤੁਸੀਂ ਹੁਣ ਜਾ ਕੇ ਐਸਕੇਐਮ ਦੇ ਵਿੱਚ ਆਹਮੋ ਸਾਹਮਣੇ ਬਹਿੰਦੇ ਹੋ, ਉਸ ਪਾੜੇ ਨੂੰ ਕਿਵੇਂ ਦੂਰ ਕਰੋਗੇ, ਜਿਹੜਾ ਲੋਕਾਂ ਨੂੰ ਖੜਾ ਕੇ ਰੱਖਣਾ, ਜਿਹੜੀ ਤੁਹਾਡੇ ਲੋਕ ਨੇ ਮਤਲਬ ਤੁਹਾਡੀ ਜਥੇਬੰਦੀ ਦੇ, ਉਹਨਾਂ ਨੂੰ ਜਿਹੜਾ ਫੜ ਕੇ ਰੱਖਣਾ ਗਾ? ਦੇਖ, ਜਿਹੜੀ ਕਿਤਾਬ ਪੂੰਦੀਆਂ ਦੀ ਤੁਸੀਂ ਕਹਿੰਦੇ ਲੋਕਾਂ ਨੇ ਪੜ੍ਹੀ ਆ, ਲੋਕਾਂ ਨੇ ਉਹਦੇ ਵਿੱਚੋਂ ਦੇਖ ਲਿਆ ਵੀ ਕੌਣ ਗਲਤ ਸੀ ਕੌਣ ਠੀਕ ਸੀ, ਮਨਜੀਤ ਨੇ ਦੀ ਜਥੇਬੰਦੀ ਨਾ ਉਦੋਂ ਦਾਗੀ ਸੀ ਨਾ ਅੱਜ ਦਾਗੀ ਹੈ, ਇਹ ਮਤਲਬ ਲੋਕਾਂ ਨੂੰ ਨਾਲ ਲੈ ਕੇ ਲੋਕਾਂ ਦੀਆਂ ਮੰਗਾਂ ਤੇ ਵੱਧ ਰਹੀ ਹੈ, ਅੱਜ ਨਹੀਂ 30-35 ਸਾਲ ਦਾ ਸਾਡਾ ਤਜਰਬਾ, ਅਸੀਂ ਸੰਘਰਸ਼ ਲੜੇ ਨਹੀਂ ਇਕੱਲੇ, ਜਿੱਤੇ ਵੀ ਆ ਨਾਲ, ਲੜਾਂਗੇ ਵੀ ਜਿੱਤਾਂਗੇ ਵੀ, ਹੁਣ ਵੀ ਸਾਡਾ ਇਹ ਆ, ਅਤੇ ਸਾਡੀ ਜਿਹੜੀ ਮਤਲਬ ਜ਼ਿੰਦਗੀ ਆ ਉਹ ਮਤਲਬ ਦੀਵਾ ਜਲਦਾ, ਇੱਕ ਦੀਵਾ ਜਲਦਾ,
ਦੀਵੇ ਵਾਂਗੂ ਮਤਲਬ ਲੋਕ ਦੇਖ ਰਹੇ ਆ, ਜਿੱਥੋਂ ਲੋਕ ਸਾਨੂੰ ਗਲਤ ਕਹਿੰਦੇ ਆ ਅਸੀਂ ਮੋੜਾ ਕੱਢਦੇ ਹਾਂ, ਲੋਕਾਂ ਨੂੰ ਤਾਂ ਸੁਣਦੇ ਵੀ ਹਾਂ, ਲੋਕਾਂ ਨੂੰ ਸੁਣਾਉਂਦੇ ਵੀ ਹਾਂ, ਜਥੇਬੰਦੀ ਨੂੰ ਤਾਂ ਨੁਕਸਾਨ ਹੋਇਆ ਨਾ ਲੋਕਾਂ ਦੇ ਵਿੱਚ ਜਿਹੜੀ, ਮੈਂ ਕਹਿੰਦਾ ਇਹ 'ਚ ਕੋਈ ਦੋ ਰਾਵਾਂ ਨਹੀਂ, ਨਿਰਾਸ਼ਤਾ ਆਉਂਦੀ ਹੁੰਦੀ ਹੈ ਜਦੋਂ ਫੁੱਟ ਪੈਂਦੀ ਹੈ, ਪਰ ਫਿਰ ਵੀ ਜਿਹੜਾ ਮੈਂ ਕਹੂੰਗਾ ਅਸਲੀ ਕਾਡਰ ਹੈ ਉਹ ਮਤਲਬ ਦੂਣ ਸਵਾਇਆ ਵੀ ਹੋਇਆ, ਜਿੱਥੇ ਮਤਲਬ ਪਹਿਲਾਂ ਲੋਕ ਕਹਿੰਦੇ ਸੀ ਇਹ ਤਾਂ ਚਿੱਟੀਆਂ ਦਾੜੀਆਂ ਵਾਲੇ ਤੁਰੇ ਫਿਰਦੇ ਆ, ਆਹਦੇ ਸਾਡਾ ਸੂਰਮਾ ਬੈਠਾ, ਨੌਜਵਾਨ ਜਿਹੜਾ ਕਹਿੰਦੇ ਆ ਨੌਜਵਾਨਾਂ ਨੂੰ ਮਤਲਬ ਮੂਹਰੇ ਨਹੀਂ ਆਉਣ ਦਿੰਦੇ, ਕਿੰਨੀ 24 ਸਾਲ ਉਮਰ, 25 ਸਾਲ, 30 ਸਾਲ ਦੀ ਉਮਰ ਦਾ ਸੂਬੇ ਦਾ ਮੀਤ ਪ੍ਰਧਾਨ ਬਣਾਤਾ ਸੀ, ਸਾਡੇ ਕੋਲ ਇਹੀਆਂ ਸ਼ਕਤੀਆਂ ਆਈਆਂ, ਹੋਰ ਜ਼ਿਲ੍ਹਿਆਂ 'ਚ ਵੀ ਨੌਜਵਾਨ ਮੂਹਰੇ ਲਿਆਉਂਦੇ ਆ ਸੀ। ਤੇ ਜਿਹੜਾ ਹੁਣ ਇਹ ਗੱਲ ਵੀ ਇੱਕ ਲੋਕਲ ਲੈਵਲ ਤੇ ਉੱਠਦੀ ਹੈ ਵੀ ਜਥੇਬੰਦੀਆਂ ਵੱਧ ਗਈਆਂ ਅੰਦੋਲਨ ਤੋਂ ਬਾਅਦ ਵਧਾ ਲਈਆਂ, ਹੁਣ ਜਿਵੇਂ ਉਹੀ SKM ਵਾਲੀ ਗੱਲ, ਜਦੋਂ ਹੁਣ ਉੱਥੇ ਬੂਟਾ ਸਿੰਘ ਬੁਰਜਗਲ ਵੀ ਆਉਂਦੇ, ਤੁਸੀਂ ਵੀ ਉਹਨੂੰ ਕਿਵੇਂ ਤੁਸੀਂ ਹੁਣ ਦੂਰ ਕਰੋਗੇ ਜਾਂ ਕਲੀਅਰ ਕਰੋਗੇ, ਕਿਉਂਕਿ ਤੁਸੀਂ ਨਾਮ ਵੀ ਨਹੀਂ ਬਦਲਿਆ ਜਾਂ ਉਹਨਾਂ ਨੇ ਨਹੀਂ ਨਾਮ ਬਦਲਿਆ, ਉਹਨੂੰ ਤੁਹਾਨੂੰ ਲੱਗਦਾ ਵੀ ਉਹ ਵੀ ਕਨਫਿਊਜ਼ਨ ਕ੍ਰੀਏਟ ਕਰਦਾ ਜਾਂ ਸਾਡੇ ਨੂੰ ਲੈ ਕੇ ਹੀ ਡਾਊਟਫੁੱਲ ਹੁੰਦੇ? ਬੁਰਜਗਲ ਹੈ ਇੱਧਰ ਧਨੇਰ ਲਿਖ ਦਿੰਦੇ ਆ, ਭਾਰਤ ਕਿਸਾਨ ਯੂਨੀਅਨ ਕਹਿੰਦਾ ਕੰਮ ਫੀਲਡ ਦੇ ਵਿੱਚ ਕਰਨਾ, ਕੰਮ ਕਰੀ ਜਾਂਦੇ ਆ ਮੀਟਿੰਗਾਂ 'ਚ, ਉਹ ਆਪਦੀ ਕੁਰਸੀ ਤੇ ਬੈਠੇ ਹੁੰਦੇ, ਅਸੀਂ ਆਪਦੀ ਕੁਰਸੀ ਤੇ ਬੈਠੇ, ਇਹ ਤਾਂ ਮੈਨੂੰ ਲੱਗਦਾ ਏਡਾ ਡਿੱਕਾ ਨਹੀਂ ਹੈ। ਤੇ ਉਹ ਜਿਹੜੀ ਗੱਲ ਤੁਹਾਨੂੰ ਮੈਂ ਦੱਸਦਾ, ਇੱਕ ਅਸੀਂ ਇਹ ਗੱਲ ਜ਼ਰੂਰ ਨੋਟ ਕੀਤੀ ਸੀ, ਜਦੋਂ ਆਪਾਂ ਗਏ ਹਾਂ ਉੱਥੇ, ਆਪਾਂ ਸਾਲ ਇਕੱਠੇ ਰਹੇ ਹਾਂ ਉੱਥੇ ਬਾਰਡਰਾਂ 'ਤੇ, ਤਾਂ ਉਹ ਮਤਲਬ ਕਹਿੰਦੇ ਆ ਨਾ ਪਹਿਲਾਂ ਤਾਂ ਸਰਾਬੇ ਦਾ ਬਾਕੌਣ ਹੁੰਦਾ, ਹੁੰਦੇ ਜੇਲ੍ਹਖਾਨੇ ਕਾਲਜ ਵਤਨ ਵਾਸੀਆਂ ਲਈ ਪੜ੍ਹ ਪੜ੍ਹ ਕੇ ਡਿਗਰੀਆਂ ਪਾ ਜਾਣਾ, ਇੱਕ ਤਾਂ ਹੁੰਦੀਆਂ ਡਿਗਰੀਆਂ, ਮੈਨੂੰ ਲੱਗਦਾ ਉੱਥੇ ਯੂਨੀਵਰਸਿਟੀ ਸੀ, ਉਹ ਕਾਲਜ ਨਹੀਂ ਸੀ, ਉਹ ਯੂਨੀਵਰਸਿਟੀ ਨੇ ਸਾਡੇ ਨੌਜਵਾਨਾਂ ਨੂੰ ਵੀ ਬਹੁਤ ਕੁਛ ਸਿਖਾਇਆ, ਜਿਹੜੇ ਮਤਲਬ ਪੁਰਾਣੇ ਆਗੂ ਸੀ ਉਹਨਾਂ ਨੂੰ ਵੀ ਬਹੁਤ ਕੁਛ ਸਿਖਾਇਆ। ਅੱਜ ਮਤਲਬ ਜੇ ਕਿਸੇ ਦੀ ਪੜਚੋਲ ਕਰਦੇ ਆ, ਥੋੜ੍ਹੀ ਜਿਹੀ ਮੈਂ ਦੇਖਿਆ ਵੀ ਇੱਕ ਬਲਾਕ ਦੇ ਅਸੀਂ ਆਗੂ ਦੀ ਪੜਚੋਲ ਕਰਨ ਲੱਗ ਗਏ, ਉਹਨੇ ਦੂਜੇ ਦਿਨ ਜਥੇਬੰਦੀ ਦਾ ਨਾਂ ਅੱਡ ਧਰ ਲਿਆ, ਇੱਕ ਬਲਾਕ ਪੱਧਰ ਦੀ ਬਣਾ ਦੀ, ਇਹ ਮੈਂ ਕਹੂੰਗਾ ਮਾੜੀ ਮਾਨਸਿਕਤਾ ਹੈ, ਲੋੜ ਹੈ ਨਾ ਆਪਦੇ ਬੰਦੇ ਵੀ ਪੱਕੇ ਕਰਨ ਦੀ। ਹਾਂ ਉਹਨਾਂ ਨੂੰ ਇਹ ਆ, ਪਰ ਅਸੀਂ ਤਾਂ ਕਹਾਂਗੇ ਅਸੂਲਾਂ ਤੇ ਹੀ ਅੱਗੇ ਵਧਣੇ, ਅਸੂਲਾਂ ਦੀ ਹੈਗੀ ਆ, ਅਸੀਂ ਹੁਣ ਮੰਨ ਲਓ ਮੀਟਿੰਗਾਂ 'ਚ ਬਹਿੰਦੇ ਹਾਂ, ਅਸੀਂ ਇੱਕ ਦੂਜੇ ਨਾਲ ਸਾਡੀ ਬਹਿਸ ਹੁੰਦੀ ਆ ਅੰਦਰ ਪੂਰੀ, ਚਲੋ ਪੰਜਾਬ ਤਾਂ ਕਹਿੰਦਾ ਭਾਈ ਜੇ ਚਾਹੇ SKM ਵਾਲੇ ਆ ਚਾਹੇ ਹੋਰ ਗੈਰ ਰਾਜਨੀਤਿਕ ਵਾਲੇ ਵੀ ਇਕੱਠੇ ਹੋ ਰਹੇ ਜਿਵੇਂ ਮਰਜ਼ੀ ਇਕੱਠੇ ਹੋ, ਨਹੀਂ ਤਾਂ ਇਹ ਢਾਂਚਾ ਸਾਰਾ ਮਤਲਬ ਲੋਕਾਂ ਦਾ ਵਿਸ਼ਵਾਸ ਉੱਠਣਾ ਸ਼ੁਰੂ ਹੋ ਜਾਣਾ ਗਾ, ਜਿਹੜੇ ਆਮ ਹੀ ਹੁਣ ਸਵਾਲ ਹੁੰਦੇ ਆ ਇਸ ਦੀ, ਤਾਂ ਮਤਲਬ ਸਾਰੇ ਆਗੂ ਹੀ ਫੀਲ ਕਰਦੇ, ਆਫ ਰਿਕਾਰਡ ਤਾਂ ਚਲੋ ਕੈਮਰੇ ਸਾਹਮਣੇ ਚਾਹੇ ਉਹ ਨਹੀਂ ਕਹਿੰਦੇ, ਪਰ ਇਹ ਤਾਂ ਤੁਹਾਨੂੰ ਵੀ ਪਤਾ ਵੀ ਇਹ ਤਾਂ ਦੂਰ ਕਰਨੇ ਹੀ ਪੈਣੇ। ਰਤਨ ਜੀ ਇਹ ਲੋਕਾਂ ਦੀ ਭਾਵਨਾ ਕੋਈ ਮਾੜੀ ਨਹੀਂ, ਪਹਿਲਾਂ ਵੀ ਆ, ਲੋਕ ਤਾਂ ਐਂ ਵੀ ਚਾਹੁੰਦੇ ਆ ਵੀ ਮਤਲਬ ਸਰਕਾਰ ਸਾਨੂੰ ਵਧੀਆ ਮਿਲਣੀ ਚਾਹੀਦੀ ਆ, ਹੋਰ ਕਰਨੇ, ਲੋਕ ਤਾਂ ਬਹੁਤ ਕੁਛ ਚਾਹੁੰਦੇ ਆ, ਪਰ ਇਹ ਮਤਲਬ ਜਥੇਬੰਦੀਆਂ ਦੀ ਏਕਤਾ ਵਧੀਆ ਹੋਊ ਕਿਵੇਂ? ਮੈਂ ਕਹਿੰਦਾ ਬਿਨਾਂ ਅਸੂਲਾਂ ਤੋਂ ਵਧੀਆ ਨਹੀਂ ਹੋ ਸਕਦੀ, ਅਸੂਲਾਂ ਤਹਿਤ ਹੀ ਮਤਲਬ ਏਕਤਾ ਹੋਣੀ ਚਾਹੀਦੀ ਹੁੰਦੀ ਆ, ਅਸੂਲਾਂ ਨਾਲ ਹੀ ਅੱਗੇ ਵਧਿਆ ਜਾਂਦਾ, ਗੈਰ ਅਸੂਲੀ ਕੁਛ ਵੀ ਠੀਕ ਨਹੀਂ। ਧੰਨਵਾਦ। ਸੋ ਇਹ ਸੀ ਮਨਜੀਤ ਸਿੰਘ ਧਨੇਰ, ਜਲਦੀ ਹੀ ਮਿਲਾਂਗੇ ਕਿਸੇ ਹੋਰ ਕਿਸਾਨ ਆਗੂ ਦੇ ਨਾਲ। ਧੰਨਵਾਦ ਜੀ, ਤੁਸੀਂ ਆਪਣਾ ਸਮਾਂ ਦਿੱਤਾ।